ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੀਤ ਸਿੰਘ ਤਲਵੰਡੀ ਸਾਬੋ ਤੋਂ ਤੁਹਾਨੂੰ ਪਤਾ ਵੀ ਆਪਾਂ ਆਏ ਬੁੱਧਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਵੀਡੀਓ ਬਣਾਉਣੇ ਆ ਅੱਜ ਹੈ ਜੀ 7 ਫਰਵਰੀ ਦਿਨ ਬੁੱਧਵਾਰ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਵੀਡੀਓ ਆਪਾਂ ਹੀ ਅਪਲੋਡ ਕਰਦੇ ਹਾਂ ਤਾਂ ਕਿ ਜਿੰਨੇ ਵੀ ਵੀਰ ਘਰੇ ਹੁੰਦੇ ਨੇ ਵੀ ਆਪਣੀ ਵੀਡੀਓ ਦੇਖ ਕੇ ਆ ਸਕਣ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਹੁਣ ਆਪਾਂ ਸਟਾਰਟ ਕਰਾਂਗੇ ਫੋਰਟ ਤੋਂ ਵੀਡੀਓ ਸਕਿਪ ਨਾ ਕਰਿਓ ਬਹੁਤ ਘੱਟ ਦੇ ਟਰੈਕਟਰ ਦਿਖਾਉਣ ਲੱਗੇ ਹਾਂ ਬਾਈ ਜੀ ਜਿਹੜੇ ਨੇ ਵੀ ਜਿਹੜੇ ਭਰਾ ਨੇ ਟਰੈਕਟਰ ਲੈਣਾ ਤਲਵੰਡੀ ਸਾਬੋ ਟਰੈਕਟਰ ਮੰਡੀ ਵਿੱਚ ਤੁਸੀਂ ਆਓ ਸਾਨੂੰ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਫੋਰਟ 3600 ਤੋਂ 95 ਮਾਡਲ ਆ ਕੁੱਲ ਹੀ 1,58,000 ਰੁਪਏ ਦੇ ਵਿੱਚ ਫੋਰਟ 3600 ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਨਾਲ ਦੀ ਨਾਲ ਦਿਖਾ ਰਹੇ ਹਾਂ ਫੋਰਟ 3600 ਬਹੁਤ ਹੀ ਘੱਟ ਰੇਟ ਆ ਟਰੈਕਟਰ ਦਾ ਜਿਹੜੇ ਵੀਰ ਨੇ ਘੱਟ ਪੈਸੇ ਲਾਉਣੇ ਆ 95 ਮਾਡਲ ਦੇ ਵਿੱਚ ਤੁਸੀਂ 1,58,000 ਰੁਪਏ ਦੇ ਵਿੱਚ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਨਾਲ ਦੀ ਨਾਲ ਗੱਲ ਕਰਦੇ ਹਾਂ ਆਪਾਂ ਸਵਰਾਜ 735 ਦੀ 95 ਮਾਡਲ ਆ ਬਾਈ ਜੀ 1,10,000 ਰੁਪਏ ਦੇ ਵਿੱਚ ਸਾਰਿਆਂ ਨਾਲੋਂ ਘੱਟ ਰੇਟ ਆ ਟਰੈਕਟਰ ਦਿਖਾਉਣ ਲੱਗਿਆ ਜਿਹੜੇ ਬੁੱਧਵਾਰ ਦੀ ਮੰਡੀ ਦੇ ਵਿੱਚ ਇਸ ਵਾਰ ਪਹੁੰਚੇ ਹੋਏ ਨੇ ਬਹੁਤ ਘੱਟ ਰੇਟ ਆ ਟਰੈਕਟਰ ਦਾ ਬੈਟਰੀ ਵਗੈਰਾ ਓਕੇ ਆ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਪਈ ਆ ਨਾਲ ਦੀ ਨਾਲ ਤੁਹਾਨੂੰ ਦਿਖਾਊਂਗਾ ਇੱਕ ਐਸ਼ਰ ਦਾ ਆਸ਼ਾ ਕੰਡੀਸ਼ਨ ਤੁਹਾਨੂੰ ਪੂਰੀ ਚੈੱਕ ਕਰਾਵਾਂਗੇ ਨਾਲ ਦੀ ਨਾਲ ਸਾਰੀ ਨਾਲੇ ਰੇਟ ਦੱਸਾਂਗੇ ਤੁਸੀਂ ਦੇਖ ਸਕਦੇ ਹੋ 2001 ਮਾਡਲ ਆ 1,37,000 ਰੁਪਏ ਰੇਟ ਆ ਕੁੱਲ ਟਰੈਕਟਰ ਦਾ ਟਰੈਕਟਰ ਦੀ ਕੰਡੀਸ਼ਨ ਵੀ ਸਾਫ਼ ਪਈ ਆ ਜਿਹੜੇ ਵੀਰ ਨੇ ਆਸ਼ਾ ਲੈਣਾ ਹੋਵੇ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਆਸ਼ਾ ਵੀ ਖਰੀਦ ਸਕਦੇ ਹੋ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਮਹਿੰਦਰਾ DI 475 ਦੀ ਜਿਹਦਾ ਕਿ ਮਾਡਲ ਹੈ ਜੀ 2009 ਮਾਡਲ ਹੈ HR ਨੰਬਰ ਹੈ 2,55,000 ਰੁਪਇਆ ਰੇਟ ਆ ਟਰੈਕਟਰ ਦਾ ਮਹਿੰਦਰਾ DI ਚੰਗੀ ਕੰਡੀਸ਼ਨ ਟਰੈਕਟਰ ਦੀ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਮਹਿੰਦਰਾ DI ਤਾਂ ਜਲਦੀ ਜਲਦੀ ਆਓ ਤਲਵੰਡੀ ਸਾਬੋ ਦੇ ਟਰੈਕਟਰ ਮੰਡੀ ਦੇ ਵਿੱਚ ਨਾਲ ਦੀ ਨਾਲ ਖੜਾ ਜੀ ਕਿੱਥੇ ਜੌਂਡੀਅਰ ਵੀ ਜਿਹਦੀ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਪਈ ਆ ਅਤੇ 2014 ਮਾਡਲ ਹੈ 4,30,000 ਰੁਪਇਆ ਰੇਟ ਹੈ ਟਰੈਕਟਰ ਦਾ HR 44 ਨੰਬਰ ਹੈ ਜਿਹੜੇ ਵੀਰ ਨੇ ਜੌਂਡੀਅਰ ਲੈਣਾ ਹੋਵੇ ਬਿਲਕੁਲ ਓਰਿਜਨਲ ਅਤੇ ਸਾਫ਼ ਟਰੈਕਟਰ ਆ ਤੁਸੀਂ ਤਲਵੰਡੀ ਸਾਬੋ ਦੀ ਮੰਡੀ ਵਿੱਚ ਆ ਸਕਦੇ ਹੋ ਨਾਲ ਦੀ ਨਾਲ ਖੜਾ ਜੀ ਫੋਰਟ 3600 ਇਹਦਾ ਵੀ ਜਿਹੜਾ ਟਰੈਕਟਰ ਦਾ ਬਹੁਤ ਘੱਟ ਰੇਟ ਆ 95 ਮਾਡਲ ਹੈ ਅਤੇ ਕੁੱਲ ਹੀ 1,45,000 ਰੁਪਏ ਦੇ ਵਿੱਚ ਤੁਸੀਂ ਜਿਹੜਾ ਫੋਰਟ ਖਰੀਦ ਸਕਦੇ ਹੋ ਚੰਗੀ ਕੰਡੀਸ਼ਨ ਆ ਟਰੈਕਟਰ ਦੀ ਰੇਟ ਵੀ ਬਹੁਤ ਘੱਟ ਆ ਅਤੇ ਮਾਡਲ ਵੀ ਜਿਹੜਾ ਚੰਗਾ ਅਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੰਜਨ ਵਗੈਰਾ ਵੀ ਬਿਲਕੁਲ ਸਾਫ਼ ਹੈ ਟਰੈਕਟਰ ਦਾ ਨਾਲ ਦੀ ਆਪਾਂ ਗੱਲਬਾਤ ਕਰਦੇ ਹਾਂ ਸੋਨਾਲੀਕਾ ਦੀ ਸੋਨਾਲੀਕਾ 2010 ਮਾਡਲ ਆ ਅਤੇ ਜਿਹੜਾ 2,60,000 ਰੁਪਇਆ ਰੇਟ ਆ ਟਰੈਕਟਰ ਦਾ ਕੰਡੀਸ਼ਨ ਜ਼ਿਆਦਾ ਸਾਫ਼ ਪਈ ਹੈ ਟਾਇਰਾਂ ਦੀ ਤੁਸੀਂ ਦੇਖ ਸਕਦੇ ਹੋ ਗੁੱਡੀਆਂ ਵਗੈਰਾ ਵੀ ਬਿਲਕੁਲ ਨਵੀਆਂ ਨੇ ਟਰੈਕਟਰ ਦੀਆਂ ਸੋਨਾਲੀਕਾ ਅਤੇ ਰੇਟ ਵੀ ਬਹੁਤ ਘੱਟ ਹੈ ਨਾਲ ਜਿਵੇਂ ਕਰਦੇ ਹਾਂ ਫਾਰਮ ਟਰੈਕ ਚੈਂਪੀਅਨ 2008 ਮਾਡਲ 1,95,000 ਰੁਪਏ ਦੇ ਵਿੱਚ ਇਹ ਵੀ ਟਰੈਕਟਰ ਸਾਫ਼ ਪਿਆ ਨਾਲ ਦੀ ਨਾਲ ਤੁਹਾਨੂੰ ਜਿਹੜੇ ਹੋਰ ਟਰੈਕਟਰ ਇੱਥੇ ਪਹੁੰਚੇ ਹੋਏ ਨੇ ਸਾਰੇ ਇੱਕ ਵਾਰੀ ਆਪਾਂ ਰੂਬਰੂ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਸਵਰਾਜ 735 2023 ਮਾਡਲ 5,65,000 ਰੁਪਏ ਦੇ ਵਿੱਚ ਚੰਗਾ ਟਰੈਕਟਰ ਹੈ ਵੀ ਸਵਰਾਜ 735 ਅਤੇ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਪਈ ਹੈ ਸਾਰਾ ਓਰਿਜਨਲ ਟਰੈਕਟਰ ਪਿਆ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇੰਜਨ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਲਰ ਵਗੈਰਾ ਦੀ ਸ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਅਤੇ ਸੀਟ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਸੀਟ ਹੈ ਟਰੈਕਟਰ ਦੀ ਜਿਹੜੇ ਵੀਰ ਨੇ ਲੈਣਾ ਹੋਵੇ ਸਵਰਾਜ 735 ਇਹ ਵੀ ਤੁਸੀਂ ਤਲਵੰਡੀ ਸਾਬੋ ਆ ਖਰੀਦ ਸਕਦੇ ਹੋ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਸੋਨਾਲੀਕਾ ਦੀ ਸੋਨਾਲੀਕਾ ਤੁਸੀਂ ਦੇਖ ਸਕਦੇ ਹੋ ਜਿਹੜਾ 2014 ਮਾਡਲ ਹੈ 4,52,000 ਰੁਪਇਆ ਰੇਟ ਆ ਟਰੈਕਟਰ ਦਾ ਪਾਵਰ ਸਟੀਅਰਿੰਗ ਹੈ ਟਾਇਰ ਵੀ ਬਿਲਕੁਲ ਓਕੇ ਨੇ ਅਤੇ ਟਰੈਕਟਰ ਦੀ ਕੰਡੀਸ਼ਨ ਵੀ ਬਹੁਤ ਜ਼ਿਆਦਾ ਸਾਫ਼ ਪਈ ਹੈ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਬਾਈ ਦੇ ਟਰੈਕਟਰ ਹੈ ਇਹ ਆਪਣਾ ਬਾਈ ਟਰੈਕਟਰ ਹੈ ਅਤੇ ਕੀ ਟਰੈਕਟਰ ਇੰਜਨ ਗੇਅਰ ਕਿਵੇਂ ਬਾਈ ਇੰਜਨ ਗੇਅਰ ਸਾਰੇ ਚਾਹੀਦੀ ਫੁੱਲ ਗਰੰਟੀ ਹੈ ਬਾਈ ਅਤੇ ਕਿੰਨਾ ਡਿਸਕਾਊਂਟ ਕਰ ਦਊਂ ਜੇ ਵੀ ਆਪਣੀ ਵੀਡੀਓ ਦੇਖ ਕੇ ਆਵੇ ਡਿਸਕਾਊਂਟ ਕਰ ਦਿਆਂਗੇ ਜਿੰਨਾ ਤੁਸੀਂ ਕਹੋਗੇ ਦੱਸੋ ਫਿਰ ਵੀ 10,000 ਰੁਪਏ ਦਾ ਡਿਸਕਾਊਂਟ ਕਰ ਦਿਓ ਬਾਈ ਕਹਿੰਦੇ 10,000 ਰੁਪਏ ਡਿਸਕਾਊਂਟ ਕਰਦੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਉਣੇ ਹੋ ਬਾਈ ਦਾ ਨੰਬਰ ਪੁੱਛਦੇ ਆ ਨਾਲੇ ਆਪਾਂ ਤੁਹਾਨੂੰ ਦੱਸਦੇ ਬਾਈ ਦਾ ਪਿੰਡ ਬਾਈ ਜੀ ਨੰਬਰ ਲਾਓ ਆਪਣਾ ਨੰਬਰ ਹੈਗਾ ਬਾਈ 83-606-94-634 ਤੇ ਪਿੰਡ ਕਿਹੜਾ ਬਾਈ ਜੀ ਪਿੰਡ ਪਥਰਾਲਾ ਪਥਰਾਲਾ ਤੇ ਨਾਮ ਬਾਈ ਜੀ ਨਾਮ ਮੇਰਾ ਅਰਸ਼ਪ੍ਰੀਤ ਸਿੰਘ ਜੀ ਸੋ ਬਾਈ ਦਾ ਨਾਮ ਜੀ ਅਰਸ਼ਪ੍ਰੀਤ ਸਿੰਘ ਜੀ ਹੈ ਜਿਹੜੇ ਵੀ ਵੀਰ ਨੇ ਸੋਨਾਲੀਕਾ ਲੈਣਾ ਹੋਵੇ ਤੁਸੀਂ ਇਹਨਾਂ ਨੂੰ ਜ਼ਰੂਰ ਕਨੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਬਾਈ ਨੂੰ ਨੰਬਰ ਤੁਹਾਨੂੰ ਆਪਾਂ ਬੋਲ ਕੇ ਦੱਸਤਾ ਤੁਸੀਂ ਦੱਸੋਗੇ ਵੀ GS ਮੋਟਰਸ ਤਲਵੰਡੀ ਸਾਬੋ ਦੀ ਵੀਡੀਓ ਦੇਖ ਕੇ ਆਏ ਹੋ ਤਾਂ ਤੁਹਾਨੂੰ 10,000 ਰੁਪਏ ਜਿਹੜਾ ਡਿਸਕਾਊਂਟ ਵੀ ਕਰ ਦੇਣਗੇ ਨਾਲ ਦਿਨ ਆਪਾਂ ਕਰਦੇ ਹਾਂ ਇੱਕ ਐਸ਼ਰ ਆਸ਼ਾ ਦੀ ਗੱਲ
2006 ਮਾਡਲ ਹੈ, 1,75,000 ਰੁਪਈਆ ਰੇਟ ਆ ਆਸ਼ੇ ਦਾ। ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ, ਪੂਰੀ ਬਹੁਤ ਹੀ ਜ਼ਿਆਦਾ ਸਾਫ਼ ਪਈ ਆ ਅਤੇ ਚੰਗਾ ਟਰੈਕਟਰ ਹੈ। ਜਿਹੜੇ ਵੀ ਵੀਰ ਨੇ ਆਹਾ ਟਰੈਕਟਰ ਖਰੀਦਣਾ ਹੋਵੇ ਉਹ ਵੀ ਤਲਵੰਡੀ ਸਾਬੋ ਆ ਸਕਦੇ ਹੋ। ਨਾਲ ਦੀ ਮੈਂ ਗੱਲ ਕਰਦੇ ਹਾਂ ਆਪਾਂ ਇੱਕ ਤਾਂ ਸੋਨਾਲੀਕਾ ਜੀ 2010 ਮਾਡਲ ਹੈ ਅਤੇ 3,78,000 ਰੁਪਈਆ ਰੇਟ ਆ। ਕੰਡੀਸ਼ਨ ਤੁਹਾਨੂੰ ਨਾਲ ਦੇਣਾ ਆਪਾਂ ਪੂਰੀ ਚੈੱਕ ਕਰਾ ਰਹੇ ਹਾਂ। ਬਹੁਤ ਹੀ ਜ਼ਿਆਦਾ ਸਾਫ਼ ਪਿਆ ਟਰੈਕਟਰ ਆ। ਜਿੰਨੇ ਵੀ ਇੱਥੇ ਟਰੈਕਟਰ ਪਹੁੰਚੇ ਨੇ ਸਾਰੇ ਤੁਹਾਨੂੰ ਆਪਾਂ ਦਿਖਾਵਾਂਗੇ। ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਸਵਰਾਜ 850 2010 ਮਾਡਲ ਹੈ ਜੀ, 3,20,000 ਰੁਪਈਆ ਜਿਹੜਾ ਟਰੈਕਟਰ ਦਾ ਰੇਟ ਆ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਇੰਜਨ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਇੰਜਨ ਵਗੈਰਾ ਵੀ ਚੈੱਕ ਕਰ ਸਕਦੇ ਹੋ ਟਰੈਕਟਰ ਦਾ। ਬਹੁਤ ਹੀ ਜ਼ਿਆਦਾ ਸਾਫ਼ ਕੰਡੀਸ਼ਨ ਪਈ ਹੈ ਟਰੈਕਟਰ ਦੀ। 3,20,000 ਰੁਪਈਆ ਟਰੈਕਟਰ ਦਾ ਰੇਟ ਆ। ਮਹਿੰਦਰਾ DI ਖੜਾ ਜੀ ਨਾਲ ਦੀ ਨਾਲ, ਇੱਥੇ ਆਪਾਂ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਅੱਜ। ਇਹਦੇ ਵੀ ਆਪਾਂ ਰੇਟ ਦੀ ਗੱਲਬਾਤ ਕਰਦੇ ਹਾਂ। 93 ਮਾਡਲ ਆ, 1,65,000 ਰੁਪਈਆ ਰੇਟ ਆ। ਕੰਡੀਸ਼ਨ ਏ ਵਾਲੇ ਮਹਿੰਦਰਾ DI ਦੀ ਵੀ ਸਾਫ਼ ਪਈ ਆ। ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਇੱਕ ਆਸ਼ੇ ਦੀ। ਆਸ਼ੇ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, 91 ਮਾਡਲ ਹੈ, 1,25,000 ਰੁਪਈਆ ਰੇਟ ਆ ਕੁੱਲ ਹੀ ਆਸ਼ੇ ਦਾ। ਅਤੇ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਜ਼ਿਆਦਾ ਜਿਹੜੀ ਸਾਫ਼ ਪਈ ਆ, ਬਿਲਕੁਲ ਨਵਾਂ ਟਰੈਕਟਰ ਪਿਆ। ਜਿਹੜੇ ਵੀ ਵੀਰ ਨੇ ਲੈਣਾ ਹੋਵੇ ਆਸ਼ਾ ਬਹੁਤ ਹੀ ਘੱਟ ਰੇਟ ਵਿੱਚ ਤੁਸੀਂ ਦੇਖ ਸਕਦੇ ਹੋ। ਨਾਲ ਦੀ ਨਾਲ ਜੀ ਆਪਾਂ ਗੱਲਬਾਤ ਕਰਦੇ ਹਾਂ ਇੱਕ ਸਵਰਾਜ ਫਾਰਮ ਟਰੈਕ 45 ਦੀ। ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਫਾਰਮ ਟਰੈਕ 45 ਦੀ, 2000 ਮਾਡਲ ਹੈ ਜੀ ਅਤੇ 2,58,000 ਰੁਪਈਆ ਰੇਟ ਹੈ। ਬਿਲਕੁਲ ਓਰੀਜਨਲ ਟਰੈਕਟਰ ਹੈ, ਸਰਵਿਸ ਵਗੈਰਾ ਟਰੈਕਟਰ ਦੀ ਹੋਈ ਆ, ਫਿਲਟਰ ਵਗੈਰਾ ਜਿਹੜੇ ਨਵੇਂ ਲੱਗੇ ਹੋਏ ਨੇ, ਸਾਫ਼ ਕੰਡੀਸ਼ਨ ਪਈ ਹੈ ਟਰੈਕਟਰ ਦੀ। ਅਤੇ ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਨਵੇਂ ਟਾਇਰ ਲੱਗੇ ਹੋਏ ਨੇ, ਮਗਰਿਆੜ ਵਗੈਰਾ ਸਪੀਕਰ ਵਗੈਰਾ ਤੁਸੀਂ ਦੇਖ ਸਕਦੇ ਹੋ, ਸੀਟ ਕਵਰ ਵਗੈਰਾ ਵਧੀਆ ਪਾਏ ਹੋਏ ਨੇ ਅਤੇ ਟਰੈਕਟਰ ਦੇ ਛੱਤਰੀ ਵੀ ਜਿਹੜੀ ਵਧੀਆ ਲੱਗੀ ਹੋਈ ਆ। ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ ਇੱਕ ਅਰਜਨ ਦੀ, ਅਰਜਨ ਅਲਟਰਾ 1, ਸਾਫ਼ ਕੰਡੀਸ਼ਨ ਹੈ ਟਰੈਕਟਰ ਦੀ, ਚੰਗਾ ਟਰੈਕਟਰ ਪਿਆ ਅਤੇ ਪਾਵਰ ਸਟੀਅਰਿੰਗ ਹੈ। ਮਾਡਲ ਹੈ ਜੀ 2006, ਰੇਟ ਕੁੱਲ ਹੀ 3,25,000 ਰੁਪਈਆ, ਪੰਜਾਬ ਨੰਬਰ। ਇੱਕ ਵੀਰ ਦਾ ਕਮੈਂਟ ਆਇਆ ਸੀ ਵੀ ਇੰਡੋ ਫਾਰਮ ਵੀਰੇ ਜ਼ਰੂਰ ਦੱਸੋ, ਇੱਥੇ ਤੁਸੀਂ ਇੰਡੋ ਫਾਰਮ ਵੀ ਦੇਖ ਸਕਦੇ ਹੋ ਜਿਹੜਾ ਇੱਥੇ ਆਇਆ ਹੋਇਆ। ਕੰਡੀਸ਼ਨ ਤੁਹਾਨੂੰ ਨਾਲ ਜਿਹਾ ਆਪਾਂ ਪੂਰੀ ਦਿਖਾ ਰਹੇ ਹਾਂ। ਆਪਾਂ ਇਹਦੇ ਮਾਡਲ ਵਗੈਰਾ ਦੀ ਗੱਲ ਕਰਦੇ ਹਾਂ, ਇੰਜਨ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰਾ। ਇਹਦਾ ਮਾਡਲ ਹੈ ਜੀ 2013 ਮਾਡਲ ਹੈ ਅਤੇ 2,38,000 ਰੁਪਈਆ ਜਿਹੜਾ ਰੇਟ ਆ ਟਰੈਕਟਰ ਦਾ, ਇੰਡੋ ਫਾਰਮ। ਕੰਡੀਸ਼ਨ ਵੀ ਸਾਫ਼ ਪਈ ਹੈ ਟਰੈਕਟਰ ਦੀ। ਜਿਹੜੇ ਵੀ ਵੀਰ ਨੇ ਇੰਡੋ ਫਾਰਮ ਖਰੀਦਣਾ ਹੋਵੇ ਤੁਸੀਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਆ ਸਕਦੇ ਹੋ। ਨਾਲ ਜੀ ਆਪਾਂ ਇੱਕ ਗੱਲਬਾਤ ਕਰਦੇ ਹਾਂ ਜੀ ਪਾਵਰ ਟਰੈਕ 445 ਦੀ। ਕੰਡੀਸ਼ਨ ਤੁਹਾਨੂੰ ਦਿਖਾ ਰਹੇ ਹਾਂ, ਛੱਤਰੀ ਵਗੈਰਾ ਤੁਸੀਂ ਦੇਖ ਸਕਦੇ ਹੋ ਜਿਹੜੀ ਲੱਗੀ ਹੋਈ ਆ, ਬਿਲਕੁਲ ਨਵੀਂ ਆ, 445 ਆ। ਕੰਡੀਸ਼ਨ ਤੁਹਾਨੂੰ ਸਾਰੀ ਆਪਾਂ ਚੈੱਕ ਕਰਾਉਂਦੇ ਹਾਂ ਟਰੈਕਟਰ ਦੇ। ਨਾਲ ਦੀ ਨਾਲ 2005 ਮਾਡਲ ਆ ਅਤੇ 1,95,000 ਰੁਪਈਆ ਰੇਟ ਆ ਟਰੈਕਟਰ ਦਾ। ਇੰਜਨ ਵਗੈਰਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਾਫ਼ ਪਿਆ ਟਰੈਕਟਰ ਦਾ। ਨਾਲ ਜੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਨਵੇਂ ਮਾਡਲ ਕਿਹੜਾ ਸੀ, ਸੋਨਾਲੀਕਾ ਜੀ। ਤੁਸੀਂ ਦੇਖ ਸਕਦੇ ਹੋ, ਜਿਹੜੇ ਵੀਰ ਨੂੰ ਇਹ ਵਾਲਾ ਵੀ ਟਰੈਕਟਰ ਪਸੰਦ ਹੋਵੇ, 99 ਮਾਡਲ ਹੈ, 1,28,000 ਰੁਪਏ ਦੇ ਵੀ ਤੁਸੀਂ ਇਹ ਵਾਲਾ ਟਰੈਕਟਰ ਵੀ ਖਰੀਦ ਸਕਦੇ ਹੋ। ਨਾਲ ਦੀ ਆਪਾਂ ਕਰਦੇ ਹਾਂ ਆਸ਼ੇ ਦੀ ਗੱਲਬਾਤ, 98 ਮਾਡਲ ਹੈ ਅਤੇ 1,30,000 ਰੁਪਏ ਦੇ ਵਿੱਚ ਜਿਹੜਾ ਆਸ਼ਾ ਵੀ ਖਰੀਦ ਸਕਦੇ ਹੋ। ਸਾਫ਼ ਕੰਡੀਸ਼ਨ ਪਈ ਹੈ ਟਰੈਕਟਰ ਦੀ, ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਅਤੇ ਇੰਜਨ ਵੀ ਤੁਸੀਂ ਦੇਖ ਸਕਦੇ ਹੋ, ਸੀਟ ਕਵਰ ਵੀ ਟਰੈਕਟਰ ਦੇ ਵਧੀਆ ਲੱਗੇ ਹੋਏ ਨੇ। ਜਿਹੜੇ ਵੀਰ ਨੇ ਘੱਟ ਪੈਸੇ ਲਾਉਣੇ ਅਤੇ ਆਸ਼ਾ ਵੀ ਖਰੀਦ ਸਕਦਾ ਬਹੁਤ ਹੀ ਘੱਟ ਰੇਟ ਦੇ ਵਿੱਚ। ਨਾਲ ਦੀ ਨਾਲ ਇੱਕ ਤੁਸੀਂ ਦੇਖ ਸਕਦੇ ਹੋ ਝੋਟਾ ਖੜਾ, ਕਹਿੰਦੇ 61, ਤੁਸੀਂ ਦੇਖ ਸਕਦੇ ਹੋ ਹੁੱਡ ਵਗੈਰਾ, ਬਿਲਕੁਲ ਛੱਤਰੀ ਵਗੈਰਾ ਨਵੀਂ ਲੱਗੀ ਹੋਈ ਆ ਟਰੈਕਟਰ ਦੇ, ਬੱਤੀ ਵਗੈਰਾ ਵੀ ਲੱਗੀ ਹੋਈ ਆ ਅਤੇ ਸਾਫ਼ ਕੰਡੀਸ਼ਨ ਪਈ ਆ 61 ਦੀ। ਬੈਟਰੀ ਵਗੈਰਾ ਨਵੀਂ ਪਈ ਆ। ਆਪਾਂ ਸਾਰੀ ਇਹਦੀ ਰੇਟ ਦੀ ਵੀ ਗੱਲਬਾਤ ਕਰਾਂਗੇ, ਇੰਜਨ ਦੀ ਵੀ ਗੱਲਬਾਤ ਕਰਦੇ ਹਾਂ, ਟਾਇਰ ਵਗੈਰਾ ਤੁਸੀਂ ਦੇਖ ਸਕਦੇ ਹੋ ਵਧੀਆ ਲੱਗੇ। 94 ਮਾਡਲ ਹੈ ਜੀ ਇਹ ਅਤੇ 2,68,000 ਰੁਪਏ ਦੇ ਵਿੱਚ ਤੁਸੀਂ ਜਿਹੜਾ ਆਪਣੇ 61 ਤੁਸੀਂ ਖਰੀਦ ਸਕਦੇ ਹੋ। ਤੁਹਾਨੂੰ ਪਤਾ ਵੀ ਟਰੈਕਟਰ ਇਹ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਪੰਜਾਬ ਦੇ ਵਿੱਚ। ਜਿਹੜੇ ਵੀਰ ਨੇ 61 ਲੈਣਾ ਤੁਸੀਂ ਜਲਦੀ ਜਲਦੀ ਤਲਵੰਡੀ ਸਾਬੋ ਟਰੈਕਟਰ ਮੰਡੀ ਵਿੱਚ ਆਓ। ਨਾਲ ਦੀ ਨਾਲ ਇੱਕ ਸਵਰਾਜ 855
स्वराज 855 2001 मॉडल 228,000 रुपये के ये वाला ट्रैक्टर भी खरीद सकते हो। कंडीशन तुहाडे सामने आ सारी साफ ट्रैक्टर पे आ, इंजन वगैरह भी साफ पे, ट्रैक्टर का सीट कवर भी सही है ते छतरी वगैरह भी लगी हुई है ट्रैक्टर दे विच। नाल दी नाल आपां गलबात करदे हां स्वराज 855 दी, स्वराज 855 98 मॉडल 225,000 रुपये के जिहड़ा तुसीं ये वाला ट्रैक्टर खरीद सकते हो। स्पीकर भी लगे हुए ने ते सीट वगैरह भी वधिया गी, साफ ट्रैक्टर है, मीटर वगैरह भी तुसीं देख सकते हो। तो जिहड़े भी वीर ने घट पैसे लाने हो स्वराज 855 ते ये वाला ट्रैक्टर तुसीं खरीद सकते हो। ये जी अपनी 7 फरवरी की दिन बुधवार की वीडियो, जिहड़े भी भरा नूं वीडियो चंगी लगी लाइक करो, शेयर करो, कमेंट जरूर करो। तो तुहानू पता भी आपां वैसे तो गड्डियों का काम करते हैं, तो जिहड़े भी वीर ने गड्डी भी लैनी होवे जां बेचनी होवे तां भी सानूं कॉल कर सकते हो। अपना गैरेज तलवंडी साबो, GS मोटर्स तलवंडी साबो। तो जे तुहानू वीडियो चंगी लगी लाइक करो, शेयर करो, तो कमेंट जरूर करो।